ਸਸਿਕਾ ਨਮਸਕਾਰ ਅਦਾਬ ਅਸਲਾਮੁਅਲੈਕੁਮ ਜੈ ਸਾਈ ਮਰਾਦ ਸ਼ਾ ਜੈ ਸਾਈ ਲਾਡੀ ਸ਼ਾ ਮੈਨੂੰ ਮੁਹੱਬਤ ਕਰਨ ਵਾਲੇ ਸਾਰੇ ਸਰੋਤਿਓ ਦਾਨੀ ਸੱਜਣੋ ਮੇਰੇ ਐਨ ਆਰ ਆਈ ਵੀਰੋ ਮੇਰੇ ਕਲਾਕਾਰ ਭਰਾਵੋ ਔਰ ਪੰਜਾਬ ਦੇ ਸੰਤ ਮਹਾਪੁਰਸ਼ ਫਕੀਰ ਲੋਕੋ ਤੁਸੀਂ ਜਿਨ੍ਹਾਂ ਮੈਨੂੰ ਪਿਆਰ ਦਿੱਤਾ ਮੈਂ ਤੁਹਾਡਾ ਹਮੇਸ਼ਾ ਕਰਜ਼ਦਾਰ ਹਾਂ ਮੈਂ ਜਦ ਵੀ ਤੁਹਾਨੂੰ ਯਾਦ ਕੀਤਾ ਤੁਸੀਂ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਮੇਰੇ ਨਾਲ ਖੜੇ ਹੋ ਜਿਵੇਂ ਕਿ 22 ਮਾਰਚ ਨੂੰ ਆਪਾਂ ਪਿੰਡ ਮਤੋਈ ਕਰਨੇ ਸੀ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਪਰ ਤੁਸੀਂ ਜਾਣਦੇ ਹੋ ਕਿ ਇੱਕ ਐਸੀ ਨਾਮੁਰਾਦ ਭਿਆਨਕ ਵਾਇਰਸ ਜਿਹਨੇ ਚਾਈਨਾ ਦੇ ਵਿੱਚ ਜਨਮ ਲਿਆ ਤੇ ਅੱਜ ਪੂਰੇ ਵਿਸ਼ਵ ਨੂੰ ਪੂਰੇ ਵਰਲਡ ਨੂੰ ਆਪਣੀ ਚਪੇਟ ਦੇ ਵਿੱਚ ਲੈਂਦੀ ਜਾ ਰਹੀ ਹੈ ਉਹਦੇ ਚਲਦੇ ਆ ਅੱਜ ਪੰਜਾਬ ਹਾਈ ਅਲਰਟ ਹੋ ਗਿਆ ਅੱਜ ਰਾਤ ਤੋਂ ਹੀ ਪੰਜਾਬ ਦੀ ਸਾਰੀ ਟਰਾਂਸਪੋਰਟੇਸ਼ਨ ਬੰਦ ਕਰ ਦਿੱਤੀ ਗਈ ਹੈ ਸਾਰੇ ਹੋਟਲਸ ਬੰਦ ਕਰ ਦਿੱਤੇ ਗਏ ਨੇ ਸਾਰੇ ਰੈਸਟੋਰੈਂਟਸ ਬੰਦ ਕਰ ਦਿੱਤੇ ਗਏ ਨੇ ਪਬਲਿਕ ਡੀਲਪੰਦ ਬੰਦ ਕਰ ਦਿੱਤੀ ਗਈ ਹੈ ਤੇ 20 ਬੰਦਿਆਂ ਤੋਂ ਜ਼ਿਆਦਾ ਕਿਤੇ ਇਕੱਠ ਨਹੀਂ ਕਰ ਸਕਦੇ ਉਹਦੇ ਚਲਦੇ ਆ ਅਪਾ ਫੈਸਲਾ ਲਿਆ ਕਿ 22 ਮਾਰਚ ਵਾਲਾ ਇਹ ਜਿਹੜਾ ਫੰਕਸ਼ਨ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਉਹਨਾਂ ਨੂੰ ਆਪਾਂ ਰੱਦ ਕਰਨ ਜਾ ਰਹੇ ਹਾਂ ਮੈਨੂੰ ਉਮੀਦ ਹੈ ਤੁਸੀਂ ਇਸ ਗੱਲ ਨੂੰ ਮਹਿਸੂਸ ਕਰੋਗੇ ਸਮਝੋਗੇ ਅੰਡਰਸਟੈਂਡ ਕਰੋਗੇ ਜਦ ਵੀ ਪੰਜਾਬ ਇਸ ਜੋ ਜਿਹਦਾ ਨਾਮ ਹੈ ਕਰੋਨਾ ਵਾਇਰਸ ਇਹਦੇ ਡਰ ਤੋਂ ਰਾਹਤ ਪਾ ਲੇਗਾ ਉਦੋਂ ਦੁਬਾਰਾ ਫੇਰ ਆਪਾਂ ਡੇਟ ਅਨਾਉਂਸ ਕਰਾਂਗੇ ਮੈਨੂੰ ਉਮੀਦ ਹੈ ਕਿ ਤੁਸੀਂ ਉਸ ਵਕਤ ਵੀ ਮੇਰੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੋਗੇ ਉਹਨਾਂ ਜ਼ਰੂਰਤਮੰਦ ਧੀਆਂ ਵਾਸਤੇ ਪਿਆਰ ਮੁਹੱਬਤ ਤੇ ਸਤਿਕਾਰ ਲੈ ਕੇ ਆਵੋਗੇ ਉਦੋਂ ਤੱਕ ਮੈਂ ਦੁਆ ਕਰਦਾ ਕਿ ਤੁਸੀਂ ਸੁਰੱਖਿਤ ਰਹੋ ਮੇਰਾ ਪੰਜਾਬ ਸੁਰੱਖਿਤ ਰਹੇ ਮੇਰਾ ਭਾਰਤ ਦੇਸ਼ ਸੁਰੱਖਿਤ ਰਹੇ ਪੂਰੀ ਦੁਨੀਆ ਸੁਰੱਖਿਤ ਰਹੇ ਮੈਂ ਦੁਆ ਕਰਦਾ ਔਰ ਉਮੀਦ ਕਰਦਾ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਰੱਖੋਗੇ ਹਰ ਉਹ ਤਰੀਕਾ ਅਪਣਾਓ ਜਿਦ ਤੋ ਤੁਸੀਂ ਇਸ ਭਿਆਨਕ ਵਾਇਰਸ ਤੋਂ ਬਚ ਸਕੋ ਵੱਧ ਤੋਂ ਵੱਧ ਆਪਣੇ ਘਰ ਦੇ ਵਿੱਚ ਰਹੋ ਪਬਲਿਕ ਡੀਲ ਕੱਟ ਕਰੋ ਆਪਣੇ ਆਪ ਨੂੰ ਸਾਫ਼ ਸੁਥਰਾ ਰੱਖੋ ਮੈਂ ਸਾਈਂ ਜੀ ਅਗੇ ਦੁਆ ਕਰਦਾ ਕਿ ਤੁਸੀਂ ਹਮੇਸ਼ਾ ਤੰਦਰੁਸਤ ਤੇ ਸੁਰੱਖਿਤਰ ਰਹੋ ਲਵ ਯੂ ਆਲ ਟੇਕ ਕੇਅਰ